आज ये मीटिंग सदी गई है कि मैं देख रहे हो क्योंकि बगावती सुर भी कितना कितने जिहड़े हैगे आ वो भी देख रहे हैं पार्टी चो बीबी जी नूं भी सस्पेंड कर दिता गया कोई बगावती सुर नहीं श्रोमणी अकाली दल दे मैंबर सारे एकजुट कट्ठे है बिसाइड्स मैं कहना चाहना है कि बहुत लोग मैंबर जिहड़े साथों अलग सी वो मैं लगता ਘੱਟ ਤੋਂ ਘੱਟ 15 ਉਹ ਜੇ ਮੈਂਬਰ ਸਾਡੇ ਨਾਲ ਵਾਪਸ ਸ਼ਾਮ ਬੀਬੀ ਜਗੀਰ ਕੌਰ ਕਹਿੰਦੇ ਲਫਾਫਾ ਕਲਚਰ ਦੀ ਜੋ ਪਰਸੈਪਸ਼ਨ ਹੈ ਉਹ ਖਤਮ ਕਰਨੀ ਹੈ ਕਿਵੇਂ ਦੇਖਦੇ ਲਫਾਫਾ ਕਲਚਰ ਲਫਾਫਾ ਕਲਚਰ ਮੈਨੂੰ ਮੈਂ ਤਾਂ ਉਹੀ ਪੁੱਛਣਾ ਚਾਹੁੰਦਾ ਲਫਾਫਾ ਕਲਚਰ ਕੀ ਹੈ ਲਫਾਫਾ ਕੀ ਹੈ ਇੱਕ ਪਾਰਟੀ ਹੈ ਇੱਕ ਪਰਿਵਾਰ ਹੈ ਪਰਿਵਾਰ ਦੇ ਵਿੱਚ ਤੁਸੀਂ ਇਹਦਾ ਮਤਲਬ ਤੁਸੀਂ ਆਪ ਦੇਖਿਆ ਹੋਣਾ ਜਦੋਂ ਪ੍ਰਾਈਮ ਮਿਨਿਸਟਰ ਚੁਣਿਆ ਜਾਂਦਾ ਹੈ ਤਾਂ ਪਾਰਟੀ ਡਿਸਾਈਡ ਕਰਦੀ ਹੈ ਉਹਨਾਂ ਦੀ ਜਿਹੜੀ ਪਾਰਲੀਮੈਂਟਰੀ ਬੋਰਡ ਡਿਸਾਈਡ ਕਰਦੀ ਹੈ ਇਹਦਾ ਮਤਲਬ ਹਰ ਪਾਰਟੀ ਦਾ ਲਫਾਫਾ ਕਲਚਰ ਹੈ बीबी जी दे 10 साल पहले दियां वीडियो कढ़ लो आप कहंदे सी कि लफाफा कल्चर नहीं है सो मैं तो बड़ा सत्कार करदा उन्हां नूं सो मैं उन्हां नूं अज किन्ने मेंबर पहुंचे होए ने माझे दे सारे पहुंचे होए ने असीं देखिया हैगा होर किन्ने कि जिहड़े 4-5 मैं ओही कहना अज कई बेचारे बजुर्ग हो जांदे आ किते कई साडे नाल मैं कहना श्रोमणी अकाली दल दे नाल सारे मेंबर है ਉਹ ਉਹਨਾਂ ਦੀ ਆਪਣੀ ਮਾਂ ਪਾਰਟੀ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਪਾਰਟੀ ਵਾਸਤੇ ਲਾਇਆ ਹੈ ਤੋ ਇਸ ਕਰਕੇ ਸਾਨੂੰ ਮਾਣ ਆ ਆਪਣੇ ਵਰਕਰਾਂ 'ਤੇ ਅਤੇ ਖਾਸ ਕਰਕੇ ਮੈਂਬਰਾਂ 'ਤੇ ਅਤੇ ਅੱਜ ਤਾਂ ਮੈਂ ਆਇਆ ਸੀ ਮੈਂ ਕਿਹਾ ਚਲੋ ਸ਼ਾਮ ਨੂੰ ਇਕੱਠੇ ਹੋ ਜਾਂਦੇ ਤੋ ਇਸ ਕਰਕੇ ਅਸੀਂ ਇਕੱਠੇ ਹੋਏ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਕਿ ਬੀਜੇਪੀ ਜਾਂ ਆਰਐਸਐਸ ਬੈਕਿੰਗ ਬੀਬੀ ਨੂੰ ਕਰ ਰਹੀ ਹੈ ਤੁਹਾਡੇ ਲੀਡਰ ਵੀ ਕਹਿੰਦੇ ਨਜ਼ਰ ਆਏ ਨੇ ਤੁਹਾਨੂੰ ਲੱਗਦਾ ਹੈ ਦੇਖੋ ਬੀਜੇਪੀ ਇਸ ਵਿੱਚ ਬੜਨਾ ਚਾਹੁੰਦੀ ਹੈ ਦੇਖੋ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਓਪਨਲੀ ਲਾਲਪੁਰਾ ਸਾਹਿਬ ਓਪਨਲੀ ਮੈਂਬਰਾਂ ਨੂੰ ਟੈਲੀਫੋਨ ਕਰ ਰਿਹਾ ਉਹਨਾਂ ਨੂੰ ਕਹਿ ਰਿਹਾ ਤਾਂ ਮਤਲਬ ਕੀ ਹੈ ਮਿਨੋਰਟੀ ਕਮਿਸ਼ਨ ਦਾ ਮੈਂਬਰ ਇੱਕ ਕੌਨਸਟੀਟਿਊਸ਼ਨ ਪੋਸਟ ਹੈ ਜਿਵੇਂ ਇੱਕ ਹਾਈਕੋਰਟ ਦਾ ਜੱਜ ਹੁੰਦਾ ਹੈ ਜਿਵੇਂ ਸੁਪਰੀਮ ਕੋਰਟ ਦਾ ਜੱਜ ਹੁੰਦਾ ਹੈ ਉਹ ਇੱਕ ਸਾਈਡ ਨਹੀਂ ਲੈ ਸਕਦਾ ਅਤੇ ਮਿਨੋਰਟੀ ਕਮਿਸ਼ਨ ਦਾ ਮਤਲਬ ਆਹੀ ਹੈ ਉਹਨਾਂ ਨੂੰ ਰਿਪ੍ਰਜੈਂਟ ਕਿਉਂ ਪਾਇਆ ਮਿਨੋਰਟੀ ਕਮਿਸ਼ਨ ਕਿ ਉਹ ਸਿੱਖ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਦੇ ਹੈ ਪੂਰੀ ਕਮਿਊਨਿਟੀ ਨੂੰ ਜਿਹੜੇ ਉਹਨਾਂ ਆਹ ਮਤਲਬ ਨਹੀਂ ਹੈ ਕਿ ਸਿੱਖ ਕਮਿਊਨਿਟੀ ਦੇ ਇੰਸਟੀਟਿਊਸ਼ਨਸ ਨੂੰ ਤੋੜਨਾ SGPC ਆਪਣੀ ਕਮਿਊਨਿਟੀ ਕੌਮ ਦੀ ਇੰਸਟੀਟਿਊਸ਼ਨ ਹੈ ਉਹਨੂੰ ਉਹਦੇ ਵਿੱਚ ਤੋੜਨਾ ਉਹਨਾਂ ਦੇ ਵਿੱਚ ਬਗਾਵਤ ਕਰਨੀ ਆਹ ਕੰਮ ਨਹੀਂ ਹੈ ਸੋ ਜਾਂ ਤਾਂ ਜੇ ਇਸ ਕੰਮ 'ਚ ਆਉਣਾ ਹੈ ਤਾਂ ਹਿੰਮਤ ਕਰਨ ਰਿਜ਼ਾਈਨ ਕਰਨ 'ਤੇ ਆ ਜਾਣ